ਵਾਲੇਕੁਮ ਦੋਸਤੋ ਦੋਸਤੋ ਮੈਂ ਉਮੀਦ ਕਰਾਂ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ ਜਿਵੇਂ ਕਿ ਪਤਾ ਹੈ ਸਰਦੀਆਂ ਆਈਆਂ ਵਾ ਅਤੇ ਹੋਰ ਸਾਡੇ ਇੱਧਰ ਦੋਸਤੋ ਸਰਦੀ ਹੈ, ਵੈਸੇ ਠੰਡੀ ਹਵਾ ਵੀ ਚੱਲਦੀ ਪਈ ਹੈ ਅਤੇ ਅਸੀਂ ਆਹ ਸੋਚਿਆ ਕਿਉਂ ਨਾ ਅਸੀਂ ਅੱਜ ਫਿਸ਼ ਬਣਾਈ ਜਾਵੇ ਅਤੇ ਚੈੱਕ ਕਰੀ ਜਾਵੇ। ਹੁਣ ਸਰਦੀ 'ਚੋਂ ਤਾਂ ਅੱਗੇ ਵੀ ਬਣਾਈ ਸੀ ਅਤੇ ਅਸੀਂ ਕਿਹਾ ਹੁਣ ਬਹੁਤ ਹੀ ਮਜ਼ੇਦਾਰ ਇੱਕ ਵਾਰੀ ਬਣਾ ਕੇ ਅਤੇ ਆਪਣੇ ਵਿਊਰਾਂ ਨਾਲ ਜ਼ਰੂਰ ਸ਼ੇਅਰ ਕਰੀਏ। ਅਤੇ ਐਸੇ ਹਵਾਲੇ ਨਾਲ ਦੋਸਤੋ ਆਪਣੀ ਅੱਜ ਦੀ ਵੀਡੀਓ ਆ, ਇਨਸ਼ਾਅੱਲਾ ਵੀਡੀਓ ਤੁਹਾਨੂੰ ਬਹੁਤ ਹੀ ਖੂਬਸੂਰਤ ਪਸੰਦ ਆਏਗੀ। ਚਲੋ ਫਿਰ ਵੀਡੀਓ ਸ਼ੁਰੂ ਕਰੀਏ। ਦੋਸਤੋ ਆਹ ਵੇਖੋ, ਆਹ ਮੱਛੀ ਹੈ ਜਿਹੜੀ ਫਿਸ਼, ਅਤੇ ਆਹ ਹੁਣ ਬਣਾਉਣ ਲੱਗੇ ਹਾਂ ਤਲ ਕੇ, ਅਤੇ ਹੁਣ ਮਸਾਲਾ ਲਾ ਕੇ ਇਹਨੂੰ ਰੱਖਣ ਲੱਗੇ ਹਾਂ। ਪਹਿਲਾਂ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਅਤੇ ਇੱਕ ਵਾਰ ਫਿਰ ਝਾਤੀ ਮਾਰ ਲਵੋ ਅਤੇ ਇਹਨੂੰ ਆਪਾਂ ਤਲਣ ਲੱਗੇ ਹਾਂ। ਦੋਸਤੋ ਏ ਫਿਊ ਮੋਮੈਂਟਸ ਲੇਟਰ, ਦੋਸਤੋ ਵੇਖੋ ਨਮਕ ਪਾਉਣ ਲੱਗੇ ਹਾਂ ਮੱਛੀ ਦੇ ਵਿੱਚ, ਅਤੇ ਆਹ ਧੂੜ ਕੇ ਦੋਸਤੋ ਹੁਣ ਲਾਵਾਂਗੇ ਕਿਉਂਕਿ ਚੰਗੀ ਤਰ੍ਹਾਂ ਸੈੱਟ ਸੁੱਟ ਹੋ ਜਾਵੇ ਨਾ ਮੱਛੀ, ਅਤੇ ਫਿਰ ਆਪਾਂ ਇਨਸ਼ਾਅੱਲਾ ਇਹਨੂੰ ਤਲਦੇ ਹਾਂ। ਅਤੇ ਤਲਣ ਤੋਂ ਬਾਅਦ ਵੇਖਦੇ ਹਾਂ ਕਿਵੇਂ ਦੀ ਬਿਊਟੀਫੁਲ ਬਣਦੀ ਹੈ। ਤਾਂ ਦੋਸਤੋ ਹੁਣ ਵੇਖੋ ਆਹ ਮਿਰਚਾਂ ਵਾ, ਮਿਰਚਾਂ ਹੁਣ ਉੱਤੇ ਪਾਉਂਦੇ ਪਏ ਆਪਾਂ। ਤਾਂ ਮੇਰੀ ਦੋਸਤੋ ਆਵਾਜ਼ ਵੀ ਬਹੁਤ ਕੰਮ ਦੀ ਹੋਈ ਨਿਕਲਦੀ ਪਈ ਹੈ ਕਿਉਂਕਿ ਦੋਸਤੋ ਇੱਧਰ ਠੰਡ ਵੀ ਹੈਗੀ ਜ਼ਿਆਦਾ, ਇਸ ਵਜ੍ਹਾ ਤੋਂ ਠੰਡ ਦੋਸਤੋ ਲੱਗਦੀ ਪਈ ਹੈ। ਅਤੇ ਦੋਸਤੋ ਆਹ ਵੇਖੋ ਹੁਣ ਮਸਾਲਾ ਵਾ ਦੋਸਤੋ, ਆਹ ਹੁਣ ਪਾਉਣ ਲੱਗੇ ਹਾਂ ਉੱਤੇ। ਅਤੇ ਵੇਖ ਲਓ ਚਾਰ ਚਫੇਰੇ ਇਹਨੂੰ ਧੂੜਦੇ ਪਏ ਆਪਾਂ ਹੁਣ। ਤਾਂ ਪੇਂਡੂ ਤਰੀਕੇ ਨਾਲ ਦੋਸਤੋ ਹੁਣ ਬਣਾਉਂਦੇ ਪਏ ਹਾਂ, ਅਤੇ ਵੇਖ ਲਓ ਇੱਕ ਵਾਰੀ ਫੇਰ ਦੋਸਤੋ ਹੁਣ ਤੁਸੀਂ ਵੇਖਦੇ ਪਏ ਹੋ ਕਿ ਇਹਦੇ ਅੰਦਰ ਜਿਹੜਾ ਬੇਸਣ ਸੀ ਉਹ ਸੁੱਟ ਦਿੱਤਾ ਵਾ, ਅਤੇ ਹੁਣ ਝਾਟੀ ਨੂੰ ਰੱਖ ਦਾਂਗੇ ਫਿਰ ਕੀ ਹੋਵੇ ਦੋਸਤੋ ਇਹਨੂੰ ਆਪਾਂ ਤਲਾਂਗੇ। ਤਾਂ ਬਿਊਟੀਫੁਲ ਤਰੀਕੇ ਨਾਲ ਰੈਸਪੀ ਆਪਾਂ ਤਿਆਰ ਕਰਾਂਗੇ। ਤੁਸੀਂ ਵੇਖਦੇ ਪਏ ਹੋ ਕਿ ਬੇਸਣ ਹੁਣ ਆਪਾਂ ਫਿਲਹਾਲ ਇਹਨੂੰ ਲਾ ਦਿੱਤਾ ਵਾ। ਦੋਸਤੋ ਤੁਸੀਂ ਵੇਖਦੇ ਪਏ ਹੋ ਕਿ ਉੱਤੇ ਆਪਾਂ ਰੱਖ ਲਈਏ ਦੋਸਤੋ, ਉੱਤੇ ਆਪਾਂ ਰੱਖ ਲਈਏ ਅਤੇ ਇਹਦੇ ਵੇਖੋ ਅੰਦਰ ਆਪਾਂ ਘਿਓ ਜਿਹੜਾ ਸੀ ਉਹ ਪਾ ਦਿੱਤਾ ਵਾ, ਅਤੇ ਆਹ ਮੈਂ ਹਲੋਨਾ ਪਿਆ ਥੱਲੇ ਵੇਖੋ ਆ ਗਈ ਵੀ ਚੰਗੀ ਸੁਥਰੀ ਬਲਦੀ ਪਈ ਹੈ। ਤਾਂ ਹੁਣ ਆਪਾਂ ਦੋਸਤੋ ਕੰਮ ਸ਼ੁਰੂ ਕਰਨ ਲੱਗੇ ਹਾਂ, ਅਤੇ ਵੀਡੀਓ ਨੂੰ ਲਾਈਕ ਕਰ ਦਿਉ ਯਾਰ। ਏ ਫਿਊ ਮੋਮੈਂਟਸ ਲੇਟਰ, ਦੋਸਤੋ ਤੁਸੀਂ ਵੇਖਦੇ ਪਏ ਹੋ ਦੂਜੇ ਪਾਸੇ ਜਿਹੜਾ ਆਪਾਂ ਧਨੀਆ ਛਣੀਆਂ ਸੀ ਮਿਰਚਾਂ, ਅਤੇ ਆਪਾਂ ਹੁਣ ਇਹਨਾਂ ਨੂੰ ਧੋਣ ਲੱਗੇ ਹਾਂ, ਸਾਫ਼ ਕਰਦੇ ਪਏ ਹਾਂ। ਦੂਜੇ ਪਾਸੇ ਜਿਹੜਾ ਰਾਇਤਾ ਹੁੰਦਾ ਉਹ ਬਣਾ ਲਈਏ ਆਪਾਂ, ਅਤੇ ਕੰਮ ਬਿਊਟੀਫੁਲ ਕਰਨਾ ਨਾ ਆਪਾਂ। ਦੋਸਤੋ ਵੇਖੋ ਉੱਧਰ ਕੜਾਹੀ ਆਪਣੀ ਹੈ ਤੇਲ ਵਾਲੀ, ਅਤੇ ਇੱਧਰ ਦੋਸਤੋ ਮੈਂ ਹੱਥ ਵਿੱਚ ਫੜੀਆਂ ਵਾਂ ਮੱਛੀਆਂ ਜਿਹੜੇ, ਅਤੇ ਦੋਸਤੋ ਹੁਣ ਮੈਂ ਇਹਦੇ ਵਿੱਚ ਪਾਉਣ ਲੱਗਾ ਇੱਧਰ ਵੇਖੋ ਤੁਸੀਂ। ਅਤੇ ਆਹ ਵੇਖੋ ਪਹਿਲਾ ਪੀਸ ਆਪਾਂ ਪਾ ਦਈਏ ਦੋਸਤੋ ਵਿੱਚ ਇਹਦੇ, ਅਤੇ ਵੇਖੋ ਕਿਵੇਂ ਕਿ ਉਹ ਦੋਸਤੋ ਉਛਲਦਾ ਪਿਆ ਵਾ। ਅਤੇ ਦੋ ਤਿੰਨ ਦੋਸਤੋ ਪਾਈਏ ਇਹਦੇ ਵਿੱਚ ਚੈੱਕ ਕਰੀਏ ਕੀ ਸੂਰਤ ਹਾਲ ਬਣਦੀ ਹੈ, ਕਿ ਉਹ ਤਾਂ ਵੈਸੇ ਗਰਮ ਦੋਸਤੋ ਹੋ ਗਿਆ ਵਾ। ਅਤੇ ਦੋ ਦੋਸਤੋ ਪਾਤੀਆਂ ਤੁਸੀਂ ਵੇਖਦੇ ਪਏ ਹੋ, ਅੱਗ ਵੀ ਦੋਸਤੋ ਬਹੁਤ ਹੀ ਇੰਤਹਾਈ ਅੱਛੀ ਆਪਣੀ ਜਾ ਰਹੀ ਹੈ। ਤਿੰਨ ਅਤੇ ਇੱਕ ਦੋਸਤੋ ਹੋਰ ਪਾ ਦਈਏ ਕਿਉਂਕਿ ਪਹਿਲੀ ਵਾਰੀ ਹੈ ਥੋੜ੍ਹਾ ਪਿਆ ਨਾ ਇਹਦੇ ਵਿੱਚ, ਚਲੋ ਚੰਗੀ ਤਰ੍ਹਾਂ ਸੈੱਟ ਸੁੱਟ ਹੋ ਜਾਣ। ਅਤੇ ਦੋਸਤੋ ਹੁਣ ਵੇਖਦੇ ਪਏ ਹੋ ਕਿ ਤਿੰਨ ਚਾਰ ਪਾਤੀਆਂ ਚੋਂ, ਅਤੇ ਤੁਹਾਨੂੰ ਮੈਂ ਦਿਖਾਉਣਾ ਫਿਰ ਕਿੰਨੀਆਂ ਬਿਊਟੀਫੁਲ ਬਣਦੀਆਂ ਪਈਆਂ। ਏ ਫਿਊ ਮੋਮੈਂਟਸ ਲੇਟਰ, ਦੋਸਤੋ ਇੱਧਰ ਵੇਖੋ ਇਹਨਾਂ ਦਾ ਕਲਰ ਜਿਹੜਾ ਕਾਫੀ ਸੁਨਹਿਰਾ ਹੋ ਚੁੱਕਿਆ ਵਾ, ਅਤੇ ਇੱਕ ਵਾਰੀ ਫਿਰ ਆਪਾਂ ਚੈੱਕ ਕਰ ਲਈਏ ਕੈਮਰੇ ਫੜਿਆ ਨਾਲ ਦੋਸਤੋ, ਫਿਰ ਜਿੰਨਾ ਮਤਲਬ ਕਿ ਹੱਥ ਨਹੀਂ ਨਾ ਸਹੀ ਚੱਲਦਾ ਹੁੰਦਾ। ਚੈੱਕ ਕਰੋ ਦੋਸਤੋ, ਬਸ ਆ ਤਿਆਰ ਹੋਣ ਵਾਲਾ ਵਾ ਇਹਦਾ ਇੱਕ ਜਿਹੜਾ ਪੂਰ ਮੱਛੀ ਦਾ, ਅਤੇ ਇੱਕ ਹੋਰ ਰਿਜ਼ਲਟ ਚੈੱਕ ਕਰੋ ਅਤੇ ਪੀਸ ਚੈੱਕ ਕਰੋ ਕੈਮਰੇ ਦੇ ਢੰਗ ਲੱਗਦੇ ਪਏ। ਅੱਗ ਵੀ ਦੋਸਤੋ ਇੱਕ ਲੱਕੜ ਛੋਟੀ ਲਾਈ ਹੈ, ਠੀਕ ਹੈ ਚਲੋ ਨਾਲ ਆਹ ਵੀ ਬਲ ਜੇ ਲੱਕੜ ਇੱਕ। ਹੋਰ ਸੁਣਾਓ ਵੀਡੀਓ ਪਸੰਦ ਆ ਰਹੀ ਹੈ ਤੁਹਾਨੂੰ? ਹਜੇ ਤਾਂ ਬਹੁਤ ਕੁਛ ਦਿਖਾਉਣਾ ਹੈ ਦੋਸਤੋ, ਉਹ ਚੜਾ ਜਿਹੜੇ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਲਵੇ। Hold me close till I get up, time is barely on our side, I don't wanna waste what's left, the storms we chase are leading us, and love is all we'll ever trust, yeah, no, I don't wanna waste what's left, and on we'll go. A few moments later, ਦੋਸਤੋ ਤੁਸੀਂ ਵੇਖਦੇ ਪਏ ਹੋ ਕਿ ਫਾਈਨਲੀ ਆਪਣੀ ਜਿਹੜੀ ਫਰਾਈ
ਮੱਛਲੀ ਹੈ ਉਹ ਤਿਆਰ ਹੋ ਚੁੱਕੀ ਹੈ ਅਤੇ ਇੱਧਰ ਵੇਖਦੇ ਪਏ ਤੁਹਾਨੂੰ ਮੈਂ ਇੱਕ ਵਾਰੀ ਟੇਸਟ ਕਰਕੇ ਚੈੱਕ ਕਰਾਉਂਦਾ ਕਿ ਕਿਵੇਂ ਦੀ ਹੈ। ਦੋਸਤੋ ਰਾਇਤਾ ਵੀ ਆਪਾਂ ਕੋਲ ਹੀ ਰੱਖਿਆ ਵਾ ਅਤੇ ਚੈੱਕ ਕਰਦੇ ਹਾਂ ਇੱਕ ਵਾਰ ਰਾਇਤੇ 'ਚੋਂ ਲਾ ਕੇ ਇੱਧਰ ਚੈੱਕ ਕਰ ਲਓ ਕਿ ਕਿੰਨੀਆਂ ਜ਼ਬਰਦਸਤ ਨਜ਼ਰ ਆ ਰਹੀਆਂ। ਵਾਕਈ ਦੋਸਤੋ ਬਹੁਤ ਹੀ ਟੇਸਟੀ ਔਰ ਬਹੁਤ ਹੀ ਜ਼ਬਰਦਸਤ ਬਣੀ। ਤੁਸੀਂ ਆਹ ਵੇਖਦੇ ਪਏ ਹੋ ਕਿ ਆਪਣੀ ਜਿਹੜੀ ਆਲ ਟੂ ਆਲ ਮੱਛਰੀ ਔਰ ਜਿਹੜਾ ਰਾਇਤਾ ਸ਼ਾਤਾ। ਅਤੇ ਆਈ ਹੋਪ ਉਮੀਦ ਕਰਨਾ ਵੀਡੀਓ ਤੁਹਾਨੂੰ ਯੂਟਿਊਬ ਪਸੰਦ ਆਈ ਹੋਏਗੀ। ਪਸੰਦ ਆਈ ਤਾਂ ਲਾਈਕ ਚੈਨਲ ਆਪਣੀ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਇਨਸ਼ਾਅੱਲਾ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਇੱਕ ਵਾਰੀ ਫਿਰ ਵੇਖ ਲਓ। ਅੱਲਾਹ ਹਾਫਿਜ਼।